ਭੇਜਿਆ ਸੁਣਿਆ ਤੁਹਾਨੂੰ ਤਲਬ ਹੋ ਰਹੀ ਦੇਖੋ ਤਲਬ ਤੇ ਹੋ ਰਹੀ ਲੇਕਿਨ ਮੈਂ ਹੁਣ ਕਿਹਾ ਸੀ ਕਿ ਮੁੰਡੇ ਨੂੰ ਕਾਲੋ ਨੇ ਸਾਈ ਲੋ ਕਾਲਤਾ ਤੇਰਾ ਹੁਣ ਮੁੰਡਿਆਂ ਨਾਲ ਕੋਈ ਕੰਮ ਨਹੀਂ ਤੈਨੂੰ ਹੁਣ ਸਾਈ ਚਾਹੀਦਾ ਹੈ ਮੁੰਡਿਆਂ ਨਾਲ ਪਾਰ ਕਰ ਰਹੀ ਹੈ ਤੂੰ ਸਫ਼ਰ ਤੈਨੂੰ ਸਾਈ ਚਾਹੀਦਾ ਜਿਹੜਾ ਤੇਰੀ ਸਾਈ ਸਾਈ ਕਰਾ ਦੇਵੇ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਪਤਾ ਕੀ ਗੱਲ ਹੈ ਸਾਈ ਲੋਕਾਂ ਨੂੰ ਕੁਝ ਪਤਾ ਨਹੀਂ ਹੁੰਦਾ ਇਸ ਲਈ ਮੈਨੂੰ ਯਾਦ ਆ ਬੜਾ ਪਤਾ ਹੀ ਵਿਆਹ ਦਾ ਸਾਰਾ ਪਤਾ ਹੈ ਹਾਂਜੀ ਕੀ ਪਤਾ ਹੈ ਸਾਰਾ ਵਿਆਹ ਕੀ ਹੁੰਦਾ ਹੈ ਹਾਂਜੀ ਦੇ ਮੇਰੀ ਗੱਲ ਸੁਣ ਵਿਆਹ ਦੇ ਬਾਰੇ ਚ ਮੈਨੂੰ ਵੀ ਕੁਝ ਪਤਾ ਹੈ ਹਾਂਜੀ ਮੈਂ ਤਾਂ ਦੱਸ ਦੇਣੀ ਉਸ ਤੋਂ ਅੱਗੇ ਤੂੰ ਮੈਨੂੰ ਦੱਸ ਦੇ ਹਾਂਜੀ ਮੈਨੂੰ ਜਿੰਨੀ ਇਨਫੋਰਮੇਸ਼ਨ ਹੈ ਉਹ ਮੈਂ ਤੁਹਾਨੂੰ ਦੱਸ ਦੇਣੀ ਹੈ ਅੱਛਾ ਜੀ ਮੈਨੂੰ ਇਹ ਪਤਾ ਹੈ ਕਿ ਕੁੜੀ ਦਾ ਹੁੰਦਾ ਰਿਸ਼ਤਾ ਮੰਗਣੀ ਹੁੰਦੀ ਮੰਗਣੀ ਤੋਂ ਬਾਅਦ ਹੁੰਦੀ ਉਹਦੀ ਵਿਆਹ ਦੀ ਡੇਟ ਫਿਕਸ ਉਸ ਤੋਂ ਬਾਅਦ ਉਹਦੀ ਰੁਕਤੀ ਰੁਕਤੀ ਹੁਣ ਤੋਂ ਬਾਅਦ ਉਹ ਆਪਣੀ ਸਹੁਰੇ ਦੇ ਘਰ ਸਹੁਰੇ ਨੂੰ ਬਣਾਉਂਦੇ ਨੇ ਸੇਜ ਦੇ ਉੱਤੇ ਸੇਜ ਦੇ ਬਾਈ ਨਹੀਂ ਥੋੜੀ ਦੇਰ ਬਾਅਦ ਮੁੰਡਾ ਆਉਂਦਾ ਕਮਰੇ ਚ ਦਵੇ ਕਦਮਾਂ ਦੇ ਨਾਲ ਔਰ ਕੁੜੀ ਦਾ ਦਿਲ ਧੜਕਣਾ ਸ਼ੁਰੂ ਹੁੰਦਾ ਮੁੰਡਾ ਆਉਂਦਾ ਕੁੜੀ ਦੇ ਕੋਲ ਸੇਜ ਤੇ ਬੈਠਦਾ ਉਹਦਾ ਕੁੰਡ ਚ ਹੁੰਦਾ ਮੂੰਹ ਦਿਖਾਈ ਦੇਦਾ ਉਸ ਤੋਂ ਬਾਅਦ ਕੋਲ ਟੇਬਲ ਤੇ ਦੁੱਧ ਦਾ ਜੱਗ ਪੈਂਦਾ ਦੁੱਧ ਚ ਹੋਰ ਗਲਾਸ ਦੁੱਧ ਪਾ ਕੇ ਉਹਨੂੰ ਗੜਾ 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 ਪੀ ਜਾਂਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਐ ਤੂੰ ਮੈਨੂੰ ਦੱਸੇ ਤੇ ਬਾਕੀ ਰਹਿ ਕੀ ਗਿਆ ਬਾਕੀ ਤਾਂ ਸਿਰਫ ਜੈ ਬਕੂਆ ਹੀ ਰਹਿ ਗਈ ਹੈ ਲੇਕਿਨ ਫਿਰ ਵੀ ਅਗਰ ਤੁਸੀਂ ਕਹਿੰਦੇ ਤੇ ਦੱਸ ਦਿੰਦੇ ਆ ਕੁੜੀ ਮੁੰਡਾ ਸੇਜ ਤੇ ਬੈਠਣ ਦੇ ਦੁੱਧ ਪੀਂਦੇ ਨੇ ਆ ਜਾਈ ਬਾਥਰੂਮ ਚ ਨਾ ਪਾਣੀ ਹੋ ਨਾ ਸਾਬਣ ਤੇਰੇ ਹੋਰ ਇਹੋ ਜਿਹੇ ਮੁੰਡੇ ਇਹ ਜੁੱਟ ਕੇ ਜਾਂਦੇ ਨੇ ਤੇ ਇਹ ਜਾਂਦੇ ਬੜਾ ਵਧੀ ਇੱਕ ਸੈਕਿੰਡ ਉਸ ਤੋਂ ਬਾਅਦ ਨਾ ਕੁੰਡ ਪਹਿਲੇ ਤਾਂ ਮੈਂ ਤੁਹਾਨੂੰ ਦੱਸਦਾ ਕੁੰਡ ਚੁੱਕਿਆ ਦੁੱਧ ਪੀਤਾ ਦੁੱਧ ਪੀਤਾ ਉਸ ਤੋਂ ਬਾਅਦ ਪੀਣ ਤੋਂ ਬਾਅਦ ਕੁੰਡ ਚੁੱਕਿਆ ਤੇ ਫਿਰ ਯਬਨ ਕਟੀਟਾ ਹੁੰਦਾ ਸਮਝ ਨਹੀਂ ਆਈ ਫਿਰ ਨਾ ਦੋਵਾਂ ਮੀਆਂ ਬੀਵੀ ਨੂੰ ਆਪੋ ਤਾਪ ਪੈ ਜਾਂਦੀ ਹੈ ਬਾ ਫਿਰ 20 ਮਿੰਟ ਬਾਅਦ ਆਪੋ ਇੱਧਰ ਪੈ ਜਾਂਦੀ ਹੈ ਤਾਪ ਇੱਧਰ ਪੈ ਜਾਂਦੀ ਹੈ ਫਿਰ ਲਾੜੇ ਨੂੰ ਆਪਣੀ ਪੈ ਜਾਂਦੀ ਹੈ ਟੈਂਟ ਵਾਲਾ ਕਹਿੰਦਾ ਗਲਾਸ ਪੂਰੇ ਕਰਾ Barcelona. ਰੱਖਿਆ ਵੀ ਉਂਝ ਹੀ ਸੀ ਇਸਨੇ ਮੇਰੇ ਪਾਸ ਰਖਵਾਇਆ ਮਜ਼ਾ ਆਏ ਹਲੇ ਮਿੱਠਾ ਘੱਟ ਪਾਇਆ ਅੱਛਾ ਜੀ ਚਲੋ ਵੀ ਜੇਬ ਚ ਆਤੰਕਵਾਦੀ ਆ ਗਈ ਜ਼ਿੰਦਗੀ ਦਾ ਮਸਲਾ ਤਿੰਨ ਮੁੰਡੇ ਤੁਹਾਡੇ ਸਾਹਮਣੇ ਨੇ ਜੀ ਤੇ ਮੁੰਡਾ ਤੁਸੀਂ ਠੋਕ ਵਜਾ ਕੇ ਚੈੱਕ ਕਰ ਲਓ ਜਿਹੜਾ ਖੜਨਾ ਅੱਛਾ ਮੈਂ ਮੇਰਾ ਤਾਂ ਪਤਾ ਨਹੀਂ ਮੈਂ ਅੱਖਾਂ ਬੰਦ ਕਰਕੇ ਵੀ ਦੱਸ ਦਿਆਂਗੀ ਅੱਛਾ ਜੀ ਮੈਂ ਆਵਾਂ 2000 ਖਰਚ ਕੇ ਪਹਿਲੇ ਇੱਥੇ ਤੇ ਮਰ ਲੈ ਜੀ ਮੈਂ ਅੱਖਾਂ ਬੰਦ ਕਰਕੇ ਮੁੰਡਾ ਸਿਲੈਕਟ ਕਰਾਂਗੀ ਠੀਕ ਹੈ ਹਾਂਜੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਸਿਲੈਕਟ ਕਰਨਾ ਤੇ ਇੱਥੋਂ ਕਰਵਾ ਹੁਣ ਵੇਖੋ ਇਹ ਕਿਹੜੇ ਅੰਦਾਜ਼ੇ ਲਵਾ ਰਿਹਾ ਮੇਰੇ ਕੋਲ ਨਹੀਂ ਅੰਦਾਜ਼ਾ ਲਾਉਣਾ ਮੈਂ ਸਾਡੇ ਸਾਰਿਆਂ ਲਈ ਰਹੇਗੀ ਆਸਾਨੀ ਅਸੀਂ ਗਿਣਾਂਗੇ 1 ਤੋਂ ਲੈ ਕੇ 10 ਤੱਕ
ਜਿਹਦੇ ਤੇ 10 ਆ ਜਾਏਗਾ ਮੈਂ ਉਹਦੀ ਓਕੇ ਡਨ 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 ਓਕੇ ਡਨ ਡਨ ਓਕੇ ਸਟਾਰਟ ਸਟਾਰਟ ਕਰੋ ਜੀ 1 2 3 4 5 6 7 8 9 10 ਆਹਾ ਓ 10 ਹੈ ਸਹੀ ਦਾ ਨਹੀਂ ਨਹੀਂ ਕੋਈ ਘਪਲਾ ਤੂੰ ਇੱਥੇ ਰਾ ਕੁਛ ਇਹਨਾਂ ਨੇ ਵਿੱਚ ਡੰਡੀ ਮਾਰੀ ਏ ਹੁਣ ਕਿਨੋ ਨਾ 1 2 3 4 5 6 7 8 9 10 ਆ ਆ ਸਹੀ 10 ਹੈ ਇੱਧਰ ਆ ਇਹ ਸਾਈ ਇਲੈਕਸ਼ਨ ਵੀ ਕੋਈ ਇਦਾਂ ਦੇ ਹੋਣੇ ਨਹੀਂ ਮੈਂ ਤਾਂ ਦੱਸਾਂ ਐ ਹੁਣ ਗਿਣੋ ਜੀ 1 2 3 4 5 6 7 8 9 10 ਲੈ ਹੁਣ 10 ਡਰ 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 ਮੈਂ ਇਹ 10 ਮੇਰੇ ਤੇ ਕਿਉਂ ਨਹੀਂ ਆ ਰਿਹਾ ਨਹੀਂ ਨਹੀਂ ਮੈਂ ਦੁਬਾਰਾ ਗਿਣੀ ਦੁਬਾਰਾ 1 2 3 4 5 6 7 8 9 ਬਸ ਬਾਈ ਬਸ ਬਸ ਇਸ ਤਰ੍ਹਾਂ ਨਹੀਂ ਮੈਂ ਆਪ ਕੀ ਲਾਂਗਾ ਚੱਲ ਤੂੰ ਗਿਣ ਲੈ ਹਾਂ ਜੀ 1 2 3 4 5 5 10 ਲੈ ਲੈ ਆ ਕੇ ਪੱਕਾ ਆ ਗਿਆ ਮਰੇ ਮਰੇ ਉਹ ਤੇਰਾ ਬਸਤਾ ਪਾਟਿਆ ਸਾਈ ਆਪਣੇ ਕੋਲੋਂ 10 ਨਹੀਂ ਜੀ ਫਾਈਨਲ ਫੈਸਲਾ ਕਰੋ ਕਰੋ ਜੀ ਫੈਸਲਾ ਕਰੋ ਜਨਾਬ ਫੈਸਲਾ ਆ ਮੈਂ ਫੈਸਲਾ ਕਰ ਲਿਆ ਕਿ ਮੇਰੇ ਲਈ ਐਚ ਹੀ ਹੋਈ ਠੀਕ ਲੋ ਆ ਫਾਈਨਲ ਕਿਉਂਕਿ ਮੈਨੂੰ ਇਹੋ ਜਿਹਾ ਬੰਦਾ ਚਾਹੀਦਾ ਜਿਹੜਾ ਮੈਨੂੰ ਪੁੱਛੇ ਨਾ ਕੌਣ ਆਇਆ ਕੌਣ ਗਿਆ ਕਰ ਲੋ ਵਿਆਹ ਕੋਈ ਗੱਲ ਨਹੀਂ ਤੁਹਾਨੂੰ ਪਤਾ ਨਹੀਂ ਐਨ ਮੌਕੇ ਤੇ ਇਹਦੀ ਨਾਰ ਤੇ ਨਾਰ ਚੜ ਜਾਂਦੀ ਹੈ ਇਹ ਬਕਵਾਸ ਕਰ ਰਹੇ ਆ ਪਰਸੋਂ ਮੈਂ ਨਾ ਗੱਡੀ ਤੇ ਜਾ ਰਿਹਾ ਸੀ ਆ ਕਰ ਗੱਡੀ ਤੇ ਜਾ ਰਿਹਾ ਸੀ ਇਨਸਾਨ ਦਾ ਪੁੱਤ ਆ ਜੀ ਨਾਰ ਦੇ ਨਾਰ ਚੜੀ ਗੱਡੀ ਤੋਂ ਉਤਰ ਕੇ ਮਾਲ ਤੇ ਕਰ ਰਿਹਾ ਸੀ ਯਾ ਅੱਲਾ ਕਰਮ ਯਾ ਅੱਲਾ ਕਰਮ ਤੁਸੀਂ ਵੀ ਸਭ ਨੇ ਖਾਦਾ ਤੁਸੀਂ ਰਹਿ ਗਏ ਸੀ ਉਹ ਫਿਟੇ ਮੂਹੇ ਕੱਛੇ ਦੀ ਲੇਵੀ ਬਣਾਉਂਦਾ ਰਿਹਾ